ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਦੇ ਵਿੱਚ ਕਿਸਾਨ ਵੀਰੋ ਜਿਹੜੀਆਂ ਸਮੇਂ-ਸਮੇਂ ਤੇ ਆਪਾਂ ਜਿਹੜੀਆਂ ਵੀਡੀਓ ਪਾ ਰਹੇ ਹਾਂ ਜਿਵੇਂ ਜਿਵੇਂ ਜਿਹੜੇ ਫਸਲ ਦੇ ਉੱਤੇ ਝੋਨੇ ਦੀ ਫਸਲ ਦੇ ਉੱਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਦੇਖਣ ਨੂੰ ਮਿਲਦੀ ਆ ਮੇਰੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਜਿਹੜੇ ਹੈਗੇ ਘੱਟ ਤੋਂ ਘੱਟ ਜਿਹੜੇ ਨਦੀਨ ਆਪਣੇ ਉਲੀਨਾਸ਼ਕਾਂ ਜਾਂ ਕੀਟਨਾਸ਼ਕ ਵਰਤ ਕੇ ਤੇ ਆਪਾਂ ਜਿਹੜੇ ਹੈਗੇ ਕੀੜੇ ਮਕੌੜਿਆਂ ਦਾ ਜਾਂ ਉਲੀ ਰੋਗ ਦਾ ਜਿਹੜਾ ਹੈਗਾ ਕੰਟਰੋਲ ਕਰਕੇ ਤੇ ਆਪਣੀ ਫਸਲ ਆ ਜਿਹੜੀ ਉਹ ਕਿਸਾਨ ਵੀਰ ਚੰਗਾ ਝਾੜ ਲੈ ਸਕਣ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਪਲੱਸ ਬੈੱਲ ਵਾਲਾ ਬਟਨ ਦਬਾ ਲਓ ਜਿਹੜੇ ਕਿਸਾਨ ਵੀਰ ਪਹਿਲਾਂ ਤੋਂ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀ ਵੀਡੀਓ ਮੈਂ ਪਹਿਲਾਂ ਵੀ ਕਹਿੰਨਾ ਹਾਂ ਵੀਡੀਓ ਪੂਰੀ ਸੁਣ ਲਿਆ ਕਰੋ ਜੇ ਫਿਰ ਵੀ ਤੁਹਾਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਜਾਂ ਕੋਈ ਤੁਹਾਡੇ ਜਵਾਬ ਸਵਾਲ ਦਾ ਜਵਾਬ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਜਿਹੜਾ ਹੈਗਾ ਸਵਾਲ ਦੁਆਰਾ ਥੱਲੇ ਜਿਹੜੇ ਕਮੈਂਟ ਦੇ ਵਿੱਚ ਪੁੱਛ ਸਕਦੇ ਹੈਗੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸਾਨ ਵੀਰੋ ਤਾਂ ਕਿ ਜਾਂ ਤੁਹਾਡੇ ਨਾਲ ਦੇ ਜ ਤੇ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਕੀਟਨਾਸ਼ਕਾਂ ਤੇ ਉਲੀਨਾਸ਼ਕਾਂ ਤੇ ਖਰਚਾ ਬਚ ਸਕੇ ਕਿਉਂਕਿ ਕਈ ਜਿਹੜੇ ਹੈਗੇ ਉਲੀ ਰੋਗ ਆ ਉਹ ਇੱਕ ਇੱਕ ਜਿਹੜੇ ਹੈਗੇ ਉਲੀਨਾਸ਼ਕ ਨਾਲ ਕੰਟਰੋਲ ਹੋ ਜਾਂਦੇ ਕਈ ਕੀੜੇ ਮਕੌੜੇ ਆ ਜਿਹੜੇ ਉਹ ਇੱਕ ਇੱਕ ਜਿਹੜੇ ਕੀਟਨਾਸ਼ਕ ਦੇ ਨਾਲ ਜਿਹੜੇ ਸਮੱਸਿਆ ਉਹਨਾਂ ਦੀ ਹੱਲ ਹੋ ਜਾਂਦੀ ਹੈਗੀ ਆ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਆ ਰਹੇ ਕਿ ਜਿਹੜੇ ਟਿੱਡ ਦਾ ਹਮਲਾ ਹੋ ਗਿਆ ਜ਼ਿਆਦਾਤਰ ਕਿਸਾਨ ਵੀਰਾਂ ਦਾ ਹੁੰਦਾ ਜਿਹੜਾ ਸਵਾਲ ਹੁੰਦਾ ਕਿ ਟਿੱਡ ਦਾ ਜਾਂ ਜਿਹੜੇ ਹਰੇ ਟਿੱਡੇ ਆ ਉਹ ਜਿਹੜੇ ਹੈਗੇ ਝੋਨੇ ਦੇ ਉੱਤੇ ਜਦੋਂ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਖਾਸ ਤੌਰ ਤੇ ਜਿਹੜਾ ਹੈਗਾ ਫਸਲ ਦੇ ਆਲੇ-ਦਾਲ ਜਿਹੜਾ ਢੇੜਾ ਕੱਢਦੇ ਜਾਂ ਉਹ ਫਸਲ ਅੰਦਰੀਖਣ ਕਰਦੇ ਬਹੁਤ ਜ਼ਿਆਦਾ ਜਿਹੜੇ ਉੱਤੇ ਜਿਹੜੇ ਹੈਗੇ ਆ ਛਾਲਾ ਮਾਰਦੇ ਆਪਾਂ ਨੂੰ ਨਜ਼ਰ ਆਉਂਦੇ ਹੈਗੇ ਆ ਤੇ ਇਹ ਇੱਕ ਗਰੁੱਪ ਦੇ ਰੂਪ ਚ ਹੁੰਦੇ ਆ ਇਹਨਾਂ ਨੂੰ ਆਪਾਂ ਕਿਸਾਨ ਵੀਰੋ ਜਿਹੜਾ ਗ੍ਰਾਸ ਹਾਪਰ ਜਾਂ ਘਾਹ ਦੇ ਟਿੱਡੇ ਕਹਿੰਦੇ ਆ ਇਹ ਮੁੱਖ ਤੌਰ ਤੇ ਜਿਹੜਾ ਪਹਿਲਾਂ ਜਿਹੜੇ ਛੋਟੇ ਹੁੰਦੇ ਆ ਜਦੋਂ ਇਹਨਾਂ ਦੇ ਨਿੰਫ ਹੁੰਦੇ ਆ ਉਹ ਹਰੇ ਜਾਂ ਪਲਤਨ ਦੇ ਰੂਪ ਵਿੱਚ ਹੁੰਦੇ ਆ ਹਰੇ ਪੀਲੇ ਰੰਗ ਦੇ ਹੁੰਦੇ ਹੈਗੇ ਆ ਤੇ ਇਹਨਾਂ ਦੇ ਜਿਹੜੇ ਹੈਗੇ ਆ ਬਾਡੀ ਦੇ ਉੱਤੇ ਦੋ ਤਿੰਨ ਜਿਹੜੀਆਂ ਧਾਰੀਆਂ ਕਾਲੇ ਰੰਗ ਦੇ ਆ ਤੁਹਾਨੂੰ ਦਿਸਣਗੀਆਂ ਜਿਵੇਂ ਜਿਵੇਂ ਇਹ ਵੱਟੇ ਹੁੰਦੇ ਜਾਂਦੇ ਆ ਇਹਨਾਂ ਦਾ ਰੰਗ ਆ ਜਿਹੜਾ ਉਹ ਫਸਲ ਦੇ ਨਾਲ ਹੀ ਹਰੇ ਰੰਗ ਦੇ ਹੁੰਦੇ ਜਾਂਦੇ ਹੈਗੇ ਆ ਆਪਾਂ ਨੂੰ ਜਿਹੜੇ ਬੈਠੇ ਨਹੀਂ ਦਿਸਦੇ ਜਦੋਂ ਆਪਾਂ ਤੁਰਦੇ ਆ ਫਸਲ ਨੂੰ ਛੇੜਦੇ ਆ ਤਾਂ ਇਹ ਜਿਹੜੇ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਮੂਵ ਕਰਦੇ ਆ ਛੜੱਪਾ ਮਾਰਦੇ ਉਦੋਂ ਆਪਾਂ ਨੂੰ ਪਤਾ ਲੱਗਦਾ ਕਿ ਜਿਹੜੇ ਚਿੱਡਿਆਂ ਦਾ ਹਮਲਾ ਹੋ ਚੁੱਕਿਆ ਹੈਗਾ ਇਹ ਜਿਹੜੇ ਹੈਗੇ ਆ ਨਿਸਰੀ ਫਸਲ ਦੇ ਉੱਤੇ ਅ ਦੋ ਤਰ੍ਹਾਂ ਨਾਲ ਆਪਣਾ ਜਿਹੜਾ ਹੈ ਨੁਕਸਾਨ ਕਰਦੇ ਪਹਿਲਾਂ ਇਹ ਜਿਹੜੇ ਪਹਿਲੀ ਆ ਪਹਿਲਾਂ ਜਦੋਂ ਫਸਲ ਫਟਾਰਾ ਕਰ ਰਹੀ ਹੁੰਦੀ ਹੈ ਉਦੋਂ ਜਿਹੜਾ ਇਹਨਾਂ ਦਾ ਗਰੋਥ ਹੈ ਉਹਨਾਂ ਦਾ ਜਿਹੜਾ ਹੈ ਮੌਸਮ ਹੈ ਫੇਵਰੇਬਲ ਟਾਈਮ ਆ ਉਦੋਂ ਨਹੀਂ ਹੁੰਦਾ ਕਿਉਂਕਿ ਗਰਮੈਸ਼ ਬਹੁਤ ਜ਼ਿਆਦਾ ਹੁੰਦੀ ਹੈ ਪਹਿਲਾਂ ਜਾਂ ਤਾਂ ਇਹ ਪਨੀਰੀ ਤੇ ਹਮਲਾ ਕਰ ਸਕਦੇ ਲੋ ਟੈਂਪਰੇਚਰ ਜਾਂ ਜਦੋਂ ਹੁਣ ਫਸਲ ਨਿਸਰ ਚੁੱਕੀ ਹੈਗੀ ਆ ਪਹਿਲਾਂ ਇਹ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਪਠਾਨਕੋਟ ਸ਼੍ਰੀ ਅਮਰਸਰ ਸਾਫ ਗਰਤਾਸਪੁਰ ਰੋਪੜ ਪੂਰਥਲਾ ਇੱਧਰਲੇ ਜਿਹੜੇ ਹੈਗੇ ਜਿਹੜੇ ਪਹਾੜੀ ਇਲਾਕੇ ਦੇ ਨੇੜ ਤੇੜ ਜਿਹੜੇ ਜ਼ਿਲ੍ਹੇ ਹੈਗੇ ਉਹਨਾਂ 'ਚ ਅਟੈਕ ਹੁੰਦਾ ਇਹਨਾਂ ਦਾ ਆਨੰਦਪੁਰ ਸਾਹਿਬ ਆ ਤੇ ਨਾਲ ਦੀ ਨਾਲ ਜਿਹੜੇ ਹੈਗੇ ਦੂਜੇ ਦੱਖਣੀ ਪੱਛਮੀ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਦਾ ਅਟੈਕ ਹੋ ਸਕਦਾ ਹੈਗਾ ਕਿਉਂਕਿ ਘਾਹ ਦੇ ਟਿੱਡੇ ਆ ਮੁੱਖ ਤੌਰ ਤੇ ਜਿੱਥੇ ਕਿਤੇ ਆਲੇ-ਦਾਲ ਜਿਹੜਾ ਘਾਹ ਹੈ ਮੁੱਖ ਤੌਰ ਤੇ ਜਿਹੜਾ ਨਦੀਨ ਵਟਾਂ ਜਿੱਥੇ ਨਹੀਂ ਆਪਾਂ ਸਾਫ਼ ਕਰਦੇ ਜਾਂ ਆਲੇ-ਦਾਲ ਜਿੱਥੇ ਖਾਲੀ ਥਾਂ ਪਿਆ ਉੱਥੋਂ ਇਹ ਪਲਦੇ ਰਹਿੰਦੇ ਆ ਤੇ ਜਿਹੜੀ ਉਹ ਫਸਲ ਹੈ ਜਿਹੜੀ ਝੋਨੇ ਦੀ ਫਸਲ ਜਦੋਂ ਹੈਗੀ ਆ ਪੱਕਣ ਦੇ ਨੇੜੇ ਆਉਂਦੀ ਆ ਉਦੋਂ ਜ਼ਿਆਦਾਤਰ ਇਹਨਾਂ ਦਾ ਜਿਹੜਾ ਹਮਲਾ ਦੇਖਣ ਨੂੰ ਮਿਲਦਾ ਇਹ ਜਿਹੜੇ ਪੱਤੇ ਖਾਂਦੇ ਫਸਲ ਦੇ ਮੁੱਖ ਤੌਰ ਤੇ ਤੇ ਜਦੋਂ ਫਸਲ ਲਿੱਸਰਦੀ ਆ ਤਾਂ ਜਿੰਨੇ ਇਹਨਾਂ ਦੇ ਨਿੰਫ ਤੇ ਡਾਲਟਾ ਉਹ ਜਿਹੜੀ ਮੁੰਜਰ ਆ ਉਹਨੂੰ ਵੀ ਕੱਟ ਸਕਦੇ ਹੈਗੇ ਆ ਤਾਂ ਜਿਦਾਂ ਕਰਕੇ ਜਿਹੜੀਆਂ ਮੁੰਜਰਾਂ ਚਟੀਆਂ ਵੀ ਹੋ ਸਕਦੀਆਂ ਜੇ ਇਹਨਾਂ ਦਾ ਹਮਲਾ ਜ਼ਿਆਦਾ ਹੋਏ ਤਾਂ ਜਿਹੜੇ ਮੁੰਜਰਾਂ ਖਾਲੀ ਰਹਿ ਸਕਦੀਆਂ ਨੇ ਚਟੀਆਂ ਹੋ ਸਕਦੀਆਂ ਨੇ ਜਿਹੜਾ ਹੈਗਾ ਉਹਦੇ ਵਿੱਚ ਦਾਣੇ ਨਹੀਂ ਪੈਂਦੇ ਹੈਗੇ ਸੋ ਕਿਸਾਨ ਵੀਰਾਂ ਦਾ ਸਵਾਲ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਕਿਸਾਨ ਵੀਰੋ ਜਿਸ ਤਰ੍ਹਾਂ ਕਿ ਬਰਾਊਨ ਪਲਾਟ ਹੌਪਰ ਅਟੈਕ ਕਰਦਾ ਵਾਈਟ ਬੈਕਡ ਪlant ਹੌਪਰ ਅਟੈਕ ਕਰਦਾ ਹੈਗਾ ਉਹ ਰਾਸ ਚੂਸਦਾ ਇਹ ਜਿਹੜੇ ਪੱਤੇ ਖਾਂਦੇ ਆ ਜਾਂ ਜਿਹੜੀ ਹੈਗੀ ਆ ਮੁੰਜਰ ਦੇ ਦਾਣਿਆਂ ਦੇ ਉੱਤੇ ਜਿਹੜਾ ਹੈਗਾ ਹਮਲਾ ਕਰਦੇ ਆ ਜਾਂ ਜਿਹੜੀ ਖਾਲੀ ਮੁੰਜਰ ਜਿਹੜੀ ਵਾਈਟ ਇਅਰ ਕਾਸ ਕਰਦੇ ਹੈਗੇ ਇਹ ਜਿਹੜੀਆਂ ਜਦੋਂ ਜ਼ਿਆਦਾ ਜਿਹੜੀਆਂ ਹੈਗੇ ਐਕਸਟ੍ਰੀਮਲੀ ਜ਼ਿਆਦਾ ਅਟੈਕ ਹੋ ਜਾਵੇ ਇਹਨਾਂ ਦਾ ਇਦੇ ਵਾਸਤੇ ਆਪਾਂ ਨੂੰ ਵੱਖਰੇ ਤੌਰ ਤੇ ਕਿਸੇ ਕਿਸਮ ਦਾ ਕੰਟਰੋਲ ਕਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਕਿਸਾਨ ਵੀਰੋ ਜੇ ਤੁਹਾਨੂੰ ਟਿੱਡਿਆਂ ਦਾ ਜਿਹੜਾ ਹੈਗਾ ਟੈਕ ਨਜ਼ਰ ਆਉਂਦਾ ਹੈ ਜਿਹੜੇ ਕਿਸਾਨ ਵੀਰ ਜਿਹੜੇ ਬਰਾਊਨ ਪਲਾਂਟ ਹੋਪਰ ਵਾਸਤੇ ਆਪਾਂ ਜਾਂ ਵਾਈਟ ਬ੍ਰੈਕਟ ਪਲਾਂਟ ਹੋਪਰ ਵਾਸਤੇ ਜਿਹੜੇ ਵੀ ਕੀਟਨਾਸ਼ਕ ਆਪਾਂ ਕਿਸਾਨ ਵੀਰ ਵਰਤ ਰਹੇ ਆ ਜੀ ਉਹ ਚੰਡੀ ਅੰਬੀਡਾ ਕੋਲੋਪਰੇਟਾ ਚਾਹੇ ਪਾਈ ਮੈਟਰੋਜ਼ਾਈਨ ਜਿੰਨ ਹੈਗਾ ਚਾਹੇ ਆਪਾਂ ਜਿਹੜੀ ਹੈਗੀ ਆ ਆ ਡਾਈ ਨੋਟੀਫਰੋਂ ਵਰਤ ਰਹੇ ਆ ਜਿਹਨੂੰ ਚੈਸ ਜਾਂ ਅਸ਼ੀਨ ਜਾਂ ਜਿਹੜੀ ਹੈਗੀ ਕੌਨਫੀਡੋਰ ਜਾਂ ਥਾਈਮਟੈਕਸੋ ਉਹਦੇ ਨਾਲ ਜੇ ਕੰਟਰੋਲ ਹੋ ਜਾਂਦੇ ਹੈਗੇ ਜੇ ਜ਼ਿਆਦਾ ਇਹਨਾਂ ਦਾ ਅਟੈਕ ਨਜ਼ਰ ਆਵੇ ਤਾਂ ਜਿਹੜੀ ਹੈਗੀ ਆ ਪਲਾਂਟ ਹੌਪਰ ਵਾਸਤੇ ਇੱਕ ਜਿਹੜੀ ਹੈਗੀ ਹੋਰ ਦਵਾਈ ਦੀ ਸਪਾਰਸ਼ ਐ ਕਵੈਨਲ ਫੋਰਸ ਜਿਹਨੂੰ ਕਿਸਾਨ ਵੀ 1 ਲੱਖ ਦੇ ਨਾਂ ਤੇ ਜਾਣਦੇ ਹੈਗੇ ਆ 25 ਤਾਕਤ ਦੀ ਆਉਂਦੀ 25 ਸੀ ਤੇ ਜੇ ਤੁਹਾਨੂੰ ਜ਼ਿਆਦਾ ਟੈਕ ਆਵੇ ਤਾਂ ਤੁਸੀਂ ਜਿਹੜੀ ਹੈਗੀ ਆ ਦੂਜੀ ਜਿਹੜੀ ਕਨਫੀਡੋਰ ਜਾਂ ਅਮੀਡਾ ਕੋਲੋਪਰੇਟ ਨੂੰ ਤੁਸੀਂ ਕਹਿੰਦੇ ਨੇ ਅਮੀਡਾ ਕੋਲੋਪਰੇਟ ਟੈਕਨੀਕਲ ਆ ਕਨਫੀਡੋਰ ਜਿਹੜਾ ਬ੍ਰਾਂਡ ਨੇਮ ਆ ਆ ਜਾਂ ਜਿਹੜੀ ਹੈਗੀ ਆ ਪਾਈਮੈਟਰੋਜਾਈਨ ਹੈ ਚੈਸ ਜਾਂ ਡਾਇਨੋਟਿਫਰੋਨ ਆ ਮਸ਼ੀਨ ਇਹਨਾਂ ਜਿਹੜੇ ਕੀਟਨਾਸ਼ਕਾਂ ਦੇ ਨਾਲ ਹੀ ਜਿਹੜਾ ਹੈਗਾ ਇਹ ਜਿਹੜੇ ਘਾਹ ਦੇ ਟਿੱਡੇ ਉਹ ਕੰਟਰੋਲ ਹੋ ਜਾਂਦੇ ਹੈਗੇ ਆ ਪਰ ਜੇ ਤੁਹਾਨੂੰ ਜਿਆਦਾ ਹਮਲਾ ਨਜ਼ਰ ਆਉਂਦਾ ਹੈ ਜਿਹੜਾ ਬ੍ਰਾਊਨ ਪਲਾਂਟ ਹੋਪਰ ਦੇ ਨਾਲ ਕਾਲੇ ਤੇਲੇ ਦੇ ਨਾਲ ਜੇ ਤੁਹਾਨੂੰ ਟਿੱਡਿਆਂ ਦਾ ਹਮਲਾ ਜਿਆਦਾ ਨਜ਼ਰ ਆਵੇ ਤਾਂ ਤੁਸੀਂ ਦੂਜੇ ਜਿਹੜੇ ਕੀਟਨਾਸ਼ਕਾਂ ਦੀ ਜਗ੍ਹਾ ਕੋਇਨਲ ਫਾਸ ਦਵਾਈ ਹੈ ਜਿਹੜੀ ਜਿਹਨੂੰ ਜਿਹੜੀ 1 ਲੱਖ ਦੇ ਨਾਮ ਤੇ ਤੁਸੀਂ ਜਾਣਦੇ 1 ਲੱਖ ਕੋਇਨਲ ਗਾਰਡ ਜਾਂ ਕੋਇਨਲ ਮਾਸ 25 ਤਾਕਤ ਦੀ ਦਵਾਈ ਹੈ ਕੋਇਨਲ ਫਾਸ ਉਹ ਤੁਸੀਂ 800 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ 100 ਤੋਂ ਸਵਾ 700 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰ ਸਕਦੇ ਹੈਗੇ ਆ ਉਹਦੇ ਨਾਲ ਤੁਹਾਨੂੰ ਜਿਹੜਾ ਤੇਲਾ ਪਲੱਸ ਜਿਹੜਾ ਹੈਗਾ ਟਿੱਡੇ ਤੇ ਪਲੱਸ ਜਿਹੜੀ ਹੈਗੀ ਜੇ ਕਿਤੇ ਤੁਹਾਨੂੰ ਪੱਤਾ ਲਵੇਟ ਸੁੰਢੀ ਦਾ ਵੀ ਹਮਲਾ ਦੇਖਣ ਨੂੰ ਮਿਲਦਾ ਤਾਂ ਉਹਦਾ ਵੀ ਤੁਹਾਨੂੰ ਕੰਟਰੋਲ ਮਤਲਬ ਕਿ ਜਿਹੜੇ ਹੈਗੇ ਤਿੰਨ ਤਰ੍ਹਾਂ ਦੇ ਕੀੜੇ ਤੁਸੀਂ ਇੱਕ ਜਿਹੜੀ ਹੈਗੀ ਸਪਰੇਅ ਨਾਲ ਕੰਟਰੋਲ ਕਰ ਸਕਦੇ ਹੈਗੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀਆਂ ਤੁਸੀਂ ਪਾਈ ਮੈਟਰੋਜਨ ਚੈਸ ਜਾਂ ਜਿਹੜੀ ਯੁਸ਼ੀਨ ਵਰਤਦੇ ਹੋ ਜਾਂ ਟੋਕਨ ਵਰਤਦੇ ਹੋ ਜਾਂ ਗਲੇਮਰ ਵਰਤਦੇ ਹੋ ਜਾਂ ਜਿਹੜੀ ਹੈਗੀ ਕਨਫੀਡੋਰ ਵਰਤਦੇ ਹੋ ਉਹ ਜੇ ਤੁਸੀਂ ਸਪਰੇਅ ਕਰਦੇ ਹੋ ਉਹਦੇ ਨਾਲ ਵੀ ਜਿਹੜੇ ਹੈਗੇ ਇਹ ਟਿੱਡਿਆਂ ਦਾ ਹਮਲਾ ਰੁਕ ਜਾਂਦਾ ਹੈ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਪਾਰਸ਼ ਹੈਗੀ ਆ ਕਿ ਜੇ ਤੁਸੀਂ ਜਿਹੜੇ ਹੈਗੇ ਆ ਰਾਸ ਚੂਸਣ ਵਾਲੇ ਜਿਹੜੇ ਕੀੜੇ ਬੂਟਿਆਂ ਦੇ ਟਿੱਡੇ ਪਲਾਂਟ ਹੌਪਰ ਆ ਜਿਹੜੇ ਇਹ ਜਿਹਨੂੰ ਤੁਸੀਂ ਕਾਲੇ ਤੇਲੇ ਦੇ ਨਾਲ ਨਾਲ ਜਾਣਦੇ ਜਿਹੜੇ ਮੁੱਢਾਂ ਦੇ ਵਿੱਚ ਬੂਟਿਆਂ ਦੇ ਮੁੱਢਾਂ 'ਚ ਰਾਸ ਚੂਸਦਾ ਹੈਗਾ ਜੇ ਤੁਸੀਂ ਉਹਦੇ ਆਲੀ ਸਪਰੇਅ ਕਰਦੇ ਆ ਜਿਹੜੇ ਘਾਹ ਵਾਲੇ ਟਿੱਡੇ ਆ ਉਹ ਨਾਲ ਦੀ ਨਾਲ ਇਹਦੇ ਕੰਟਰੋਲ ਹੋ ਜਾਂਦੇ ਹੈਗੇ ਆ ਜੇ ਤੁਹਾਡੇ ਖੇਤ ਦੇ ਵਿੱਚ ਤੁਹਾਨੂੰ ਲੱਗਦਾ ਕਿ ਟਿੱਡਿਆਂ ਦਾ ਹਮਲਾ ਵੀ ਬਹੁਤ ਜ਼ਿਆਦਾ ਹੈ ਜਿਹੜੇ ਹਰੇ ਟਿੱਡੇ ਆ ਘਾਹ ਵਾਲੇ ਟਿੱਡੇ ਆ ਜਨੂੰ ਤੁਸੀਂ ਟਿੱਡ ਕਹਿ ਦਿੰਦੇ ਹੋ ਉੱਪਰ ਜਿਹੜੇ ਛੜਪੇ ਮਾਰਦੇ ਨੇ ਜਰੋਂ ਜਿਹੜੇ ਪੱਤੇ ਖਾਂਦੇ ਆ ਜਾਂ ਮੁੰਜਰਾਂ ਕੱਟਦੇ ਹੈਗੇ ਆ ਤਾਂ ਜਾਂ ਨਾਲੇ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦੇ ਆ ਤਾਂ ਤੁਸੀਂ ਕਿਸਾਨ ਵੀਰੋ ਜਿਹੜੇ ਹੈਗੇ ਆ ਕਵਾਈਨਲ ਫੋਸ 800 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਆ ਇਹਦੇ ਨਾਲ ਤੁਹਾਨੂੰ ਜਿਹੜੀ ਹੈਗੀ ਆ ਕਾਲੇ ਟੱਡੇ ਪਲਾਂਟ ਹੌਪਰ ਜਿਹਨੂੰ ਖਾਲਾ ਤੇਲਾ ਤੁਸੀਂ ਕਹਿੰਦੇ ਆ ਪਲੱਸ ਜਿਹੜੀ ਹੈਗੀ ਆ ਪੱਤਾ ਲਵੇੜ ਜਿਹੜੀ ਸੁੰਡੀ ਆ ਜਾਂ ਗੋਵਾਲੀ ਸੁੰਡੀ ਆ ਉਹਦਾ ਵੀ ਕੰਟਰੋਲ ਤੁਹਾਨੂੰ ਨਾਲ ਮਿਲੂਗਾ ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਜਾਣਕਾਰੀ ਮਿਲ ਸਕੇ ਜੇ ਤੁਹਾਡਾ ਕੋਈ ਸਵਾਲ ਹੁੰਦਾ ਵੀਡੀਓ ਪੂਰੀ ਸੁਣਨ ਤੋਂ ਬਾਅਦ ਤਾਂ ਥੱਲੇ ਜਿਹੜੇ ਕਮੈਂਟਾਂ 'ਚ ਦੱਸ ਦਿਆ ਕਰੋ ਤਾਂ ਕਿ ਮੈਂ ਤੁਹਾਡਾ ਜਵਾਬ ਦੇ ਸਕਾਂ ਤੇ ਹੋਰ ਜਾਂ ਵੀਡੀਓ ਤੁਹਾਡੀ ਜਾਣਕਾਰੀ ਲਈ ਬਣਾ ਸਕਾਂ